ਤਾਈ ਮਹੀਨਿਆਂ ਦੀ ਹਾਂਜੀ ਗੱਭਣ ਚੈੱਕ ਪਾਸ, ਦੁੱਧ ਕਿੰਨਾ ਦੁੱਧ ਹੁੰਦਾ? 8-9 ਕਿਲੋ ਆ ਜੀ ਇਹਦੇ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਹੇੜੀ, ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ। ਜੇ ਗੱਲਬਾਤ ਕਰ ਲਈਏ ਲੁਧਿਆਣੇ ਜ਼ਿਲ੍ਹੇ 'ਚ, ਮੇਰਾ ਖਿਆਲ ਆਪਣੀ ਪਹਿਲੀ ਐਂਟਰੀ ਰਹੀ ਜਦੋਂ ਆਪਾਂ ਇਸ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਹਾਂ। ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਲੁਧਿਆਣੇ ਜ਼ਿਲ੍ਹੇ 'ਚ ਆਪਾਂ ਨੇ ਕੰਮ ਕਰਿਆ ਬਹੁਤ ਵੱਡੇ ਲੈਵਲ 'ਤੇ, ਕਾਫੀ ਜ਼ਿਆਦਾ ਕੰਮ ਮਿਲਿਆ ਇਸ ਏਰੀਏ 'ਚ ਆਪਾਂ ਨੂੰ। ਤੇ ਬਾਕੀ ਅੱਜ ਦੀ ਵੀਡੀਓ ਲੱਗਿਆ ਬਾਈ ਲਾਡੀ ਕੋਲੋਂ ਬਣਾਉਣ, ਗਰੇਵਾਲ ਡੈਰੀ ਫਾਰਮ ਤੋਂ। ਗਾਵਾਂ ਤੁਹਾਨੂੰ 5 ਦਿਖਾ ਦਾਂਗੇ, 1 ਤੋਕੜ ਗੱਭਣ, 1 ਤੋਕੜ, ਦੋ ਤਾਜ਼ੀਆਂ ਸੂਣ ਵਾਲੀਆਂ ਤੇ 1 ਤਾਜ਼ੀ ਸੂਣ ਵਾਲੀ ਹੋਰ ਆ, ਉਹ ਆ ਗਈ ਛੋਟੇ ਕੱਦ 'ਚ, ਥੋੜ੍ਹੀ ਜਗ੍ਹਾ ਰੋਕਣ ਵਾਲੀ ਆ। ਤੇ ਬਾਕੀ ਜਿਹੜੇ ਰੇਟ ਨੇ, ਰੇਟ ਬਾਈ ਦੇ ਤੁਹਾਨੂੰ ਪਤਾ ਆ ਵੀ ਰੇਟ ਬਿਲਕੁਲ ਜਾਇਜ਼ ਹੁੰਦੇ ਨੇ। ਗੱਲਬਾਤ ਬਾਈ ਨਾਲ ਕਰਾ ਦਾਂਦੇ ਹਾਂ, ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ, ਤੇ ਕੱਲੇ ਕੱਲੇ ਦੀ ਜਿਹੜੀ ਡਿਟੇਲ ਆ ਉਹ ਬਾਈ ਨੂੰ ਪੁੱਛ ਲਾਂਗੇ। ਆ ਜਾ ਲਾਡੀ, ਹੋਰ ਕਿਵੇਂ ਬਾਈ? ਵਧੀਆ ਬਾਈ, ਸਤਿ ਸ਼੍ਰੀ ਅਕਾਲ ਜੀ। ਲੋਟ ਚੱਲਦਾ ਕੰਮ? ਹਾਂਜੀ ਹਾਂਜੀ ਬਾਈ, ਕਰ ਲਈਏ ਸ਼ੁਰੂ ਫਿਰ ਇੱਥੋਂ? ਹਾਂਜੀ ਬਾਈ, ਅੱਜ 5 ਦਿਖਾਵਾਂਗੇ ਨਾ। ਹਾਂਜੀ ਬਾਈ, ਰੇਟ ਕਿੰਨੇ ਤੋਂ ਕਿੰਨੇ ਕੁ ਤੱਕ ਹੋਊਗਾ ਆਪਣਾ? ਰੇਟ ਬਾਈ ਆਪਣਾ ਹੈਗਾ ਸਟਾਰਟ 18,000 ਤੋਂ। 18 ਤੋਂ ਲਾ ਹਾਂਜੀ, ਕੇ ਕਿੱਥੇ ਕੁ ਤੱਕ ਜਾਊਗਾ? 40 ਕੁ ਤੱਕ ਆ ਵੀਰੇ। 18,000 ਤੋਂ ਲਾ ਕੇ ਸੱਜਣੋ 40,000 ਤੱਕ ਰੇਟ ਜਾਊਗਾ। ਤਾਂ ਇੱਥੋਂ ਕਰ ਲਈਏ ਸ਼ੁਰੂ, ਪਹਿਲਾਂ 1 ਨੰਬਰ ਵਾਲੀ ਤੇ ਮਾਰ ਦੇ ਗਿਆ ਜੀ ਕੈਮਰਾ, ਜਾਨ ਵਜਨ ਵਜੂਦ ਤੇ ਜਿਹੜਾ ਕਲਰ ਹੈ ਇਹਦਾ ਜਰਸੀ ਦੇ ਵਿੱਚ ਆ ਗਈ, ਕਾਫੀ ਕਲਰ ਦੇ ਵਿੱਚ ਆ ਗਈ। ਹਾਂਜੀ ਹਾਂਜੀ, ਆ ਦੰਦ ਵੀ ਮੇਰਾ ਖਿਆਲ ਲਾਸਟ ਵਾਲੇ ਚੱਕਦੀ ਆ। ਹਾਂਜੀ ਬਾਈ, ਹਾਂਜੀ ਆ ਲਾਸਟ ਵਾਲੇ ਦੰਦ ਜੇ ਚੱਕੀ ਜਾਂਦੀ ਆ, ਲੈ ਚਲਾ ਇਹਨੂੰ। ਤੇ ਸੂਆ ਇਹਦਾ ਪਹਿਲਾ ਬਾਈ? ਪਹਿਲਾ, ਦੂਜੇ ਲਈ ਗੱਬਣ ਆ ਜੀ। ਦੂਜੇ ਵਾਸਤੇ ਗੱਬਣਾ, ਸੂਆ ਪਹਿਲਾ। ਇਹ ਆ ਗਈ ਸੱਜਣੋ ਤੋਕੜ ਗੱਬਣ। ਹਾਂਜੀ, ਤੋਕੜ ਗੱਬਣ ਬੱਛੀ ਆ ਗਈ, ਸ਼ਕੀਨ ਵੀ ਫੁੱਲਾ, ਰੰਗ ਬਾਜ ਵੀ ਚੰਗੀ ਆ ਤੇ ਵਜੂਦ ਚ ਵੀ ਚੰਗੀ ਆ, ਕੱਦ ਵੀ ਠੀਕ ਆ ਇਹਦਾ ਜਿਵੇਂ ਜਰਸੀਆਂ ਦਾ ਕੱਦ ਹੁੰਦਾ। ਇੱਥੋਂ ਗਹਿਰੀ ਲੰਬਾਈ, ਥਣ ਦਾ ਸਾਈਜ਼ ਦਿਖਾ ਦੀ, ਥਣ ਦਾ ਸਾਈਜ਼ ਬਹੁਤ ਸੋਹਣਾ ਰੱਖ ਦਿਆ, ਤਕਰੀਬਨ ਤਕਰੀਬਨ ਮੱਝਾਂ ਦੇ ਏੜ ਗੇੜ ਹੀ ਰੱਖਦੀ ਆ। ਹਾਂਜੀ, ਆ ਲੈ ਚੱਲ ਬਾਈ, ਟਿਕਾਈ ਨਾ ਲੈ ਚੱਲ, ਥਣ ਮੱਝਾਂ ਅਰਗਾ ਰੱਖਦੀ ਆ, ਆਰਡਰ ਰੱਖਦੀ ਆ ਬਿਲਕੁਲ ਫਿਕਸ, ਜਿਹੜਾ ਗਾਵਾਂ 'ਚ ਅਕਸਰ ਤੁਹਾਨੂੰ ਮੈਂ ਕਹਿੰਦਾ ਹੁੰਦਾ ਵੀ ਕਾਮਯਾਬ ਰਹਿੰਦਾ। ਤੇ ਲਾਡੀ ਗੱਭਣ ਕਿੰਨੇ ਟਾਈਮ ਦੀ ਆ? 2.5 ਮਹੀਨਿਆਂ ਦੀ, ਆਪਾਂ ਕੱਲ੍ਹ ਚੈੱਕ ਕਰਾਈ ਆ ਜੀ। 2.5 ਮਹੀਨਿਆਂ ਦੀ ਗੱਭਣ ਚੈੱਕ ਪਾਸ, ਦੁੱਧ ਕਿੰਨਾ ਹੁੰਦਾ? ਦੁੱਧ 8-9 ਕਿਲੋ ਆ ਜੀ ਇਹਦੇ। 8 ਤੋਂ 9 ਕਿਲੋ ਹਜੇ ਵੀ ਦਿੰਦੀ ਆ? ਹਾਂਜੀ ਹਾਂਜੀ, ਤਾਜ਼ੀ ਦਾ ਕੀ ਰਿਕਾਰਡ ਜਾ ਬਾਕੀ ਰਿਹਾ? ਇਹ ਆਇਆ ਜੀ ਉਧਰੋਂ, ਆਈ ਆ ਆਪਣੀ ਸੇਵਾ ਨਾਲ ਤਾਂ ਹੋਰ ਵੀ ਵਾਧੂਗੀ, ਕਿਲੋ ਤਾਂ ਤਾਜ਼ੀਆਂ ਅਰਗਾਈ ਆ। ਠੀਕ ਆ ਗੱਲ। ਹਾਂਜੀ, ਤੇ ਹੋਈ ਲੈਂਡਰ ਆ ਸਾਈਡ ਨੂੰ, ਇੱਥੋਂ ਕਹਿ ਰਹੀ ਲੰਬਾਈ ਲੰਬੂਈ ਦਿਖਾ ਦੇ ਬੱਚੀ ਦੀ, ਲੰਬਾਈ ਵੀ ਚੰਗੀ ਆ ਤੇ ਇੱਥੋਂ ਆਰਡਰ ਵੀ ਸੋਹਣਾ ਰੱਖਦੀ ਆ, ਫਿਕਸ ਆਰਡਰ ਰੱਖਦੀ ਆ ਬਿਲਕੁਲ। ਚਵਾਈ ਦੀ ਕਿਵੇਂ? ਚਵਾਈ ਦੀ ਵਧੀਆ ਬਾਈ, 1 ਨੰਬਰ, 100 ਦੀ 100। ਹਾਂਜੀ, 8 ਤੋਂ 9 ਕਿਲੋ ਦੁੱਧ ਹੈਗਾ ਇਸ 'ਚ? ਹੈਗਾ, ਹਾਂਜੀ। ਤੇ ਤਾਈਆਂ ਦੀ ਚੈੱਕ ਚੈੱਕ ਪਾਸ ਆ, ਪਾਸ ਲੱਗਿਆ ਵੀ ਤਕਰੀਬਨ ਜਰਸੀ ਹੋਊਗਾ ਇਹਦੇ, ਹੈ ਨਾ? ਹਾਂਜੀ ਹਾਂਜੀ। ਤਾਜੀ ਨੇ ਕਿੰਨਾ ਕਿਲੋ ਦੱਸਿਆ ਨੇ? ਤਾਜੀ ਦਾ ਬਈ ਇਹਦਾ 14 ਕਿਲੋ ਦਈ ਹੋਈ ਆ। ਪਹਿਲਣ ਪਹਿਲਣ ਹਾਂਜੀ, ਤੇ ਦੁੱਧ ਚੰਗਾ ਪਾਊਗਾ? ਹਾਂ, ਨਾ ਦੁੱਧ ਚੰਗਾ ਪਾਊਗਾ। ਰੇਟ ਕੀ ਰਹੂਗਾ ਇਹਦਾ? ਇਹਦਾ ਵਿੱਚ 30,000 ਰੁਪਈਆ ਜੀ, ਟੋਕੜ ਦੱਬਾ। ਹਾਂਜੀ ਹਾਂਜੀ, ਪੂਰੇ 30 ਦੇ ਦਾਂਗੇ। ਹਾਂਜੀ, ਬਾਕੀ ਕਰ ਦਾਂਗੇ ਮਾਨਤਾ, ਠੀਕ ਆ? ਕੋਈ ਗੱਲ ਨਹੀਂ, ਆ ਥੋੜਾ ਬਹੁਤਾ ਮਾਨਤਾ ਨੂੰ ਹੋ ਜਾਊਗਾ, ਬਾਕੀ ਰੇਟ ਤੁਹਾਨੂੰ ਪਤਾ ਸੱਜਣੋ, ਫਿਕਸ ਫਿਕਸ ਜੇ ਰੇਟ ਹੀ ਹੁੰਦੇ ਆ ਬਾਈ ਦੇ। ਇਹ 30 ਚੋਂ ਬਾਈ ਕਹਿੰਦਾ ਥੋੜਾ ਬਹੁਤਾ ਮਾਨਤਾ ਕਰ ਦਾਂਗੇ, ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ। ਤੇ ਆ ਗਈ ਇਹ ਵੀ ਜਰਸੀ ਚ, ਨਾਲੇ ਖਾਂਦੀਆਂ ਨੇ ਚੰਗਾ, ਖਾਂਦੀਆਂ ਪੀਂਦੀਆਂ। ਹਾਂ ਹਾਂ, ਕਈ ਭਰਾ ਕਹਿੰਦੇ ਨੇ ਸਾਡੇ ਕੋਲ ਆ ਕੇ ਖਾਂਦੀ ਨਹੀਂ, ਖਾਂਦੀਆਂ ਪੀਂਦੀਆਂ ਵੀ ਨੇ, ਉਹ ਚੀਜ਼ ਵੀ ਚੈੱਕ ਕਰਾ ਦੂੰਗਾ ਤੁਹਾਨੂੰ ਹਰੇਕ ਪੱਖ ਤੋਂ। ਤੇ ਬਾਕੀ ਆਰਡਰ ਤੇ ਮਾਰ ਦੇ ਕੈਮਰਾ, ਤੋੜ ਦੋ ਜੀ ਫੁੱਲ ਵੀ। ਇਹਦਾ ਸੂਆ ਕਿਹੜਾ ਲੱਡੀ? ਇਹਦਾ ਦੂਜਾ ਸੂਆ ਬਾਈ। ਇਹਦਾ ਕਿਵੇਂ, ਤੋਕੜਾ ਇਹ? ਹਾਂ ਬਾਈ, ਤੋਕੜਾ। ਕਿੰਨੇ ਟਾਈਮ ਦੀ ਸੂਈ ਆ ਇਹਨੂੰ ਬਾਈ? ਸੂਈ ਨੂੰ 4 ਕੁ ਮਹੀਨੇ ਹੋ ਗਏ, 4 ਕੁ ਮਹੀਨੇ। 4 ਮਹੀਨਿਆਂ ਦੀ ਸੂਈ, ਗੱਬਣ ਨਹੀਂ, ਗੱਬਣ ਨਹੀਂ ਹੈਗੀ ਬਾਈ, ਸੀਮਨ ਲੱਗਿਆ ਨਹੀਂ ਕੋਈ ਵੀ? ਨਹੀਂ ਬਾਈ, ਗੱਬਣ ਬਾਈ ਕਹਿੰਦਾ ਹੈਗੀ ਨਹੀਂ। ਇਹ ਆ ਗਈ ਖਾਲੀ, ਆ ਗਈ ਇਹ ਵੀ ਪਿਓਰ ਜਰਸੀ ਜੀ, 4 ਮਹੀਨਿਆਂ ਦਾ ਸੂਆ। ਤੇ ਦੁੱਧ ਬਾਈ ਕਿੰਨਾ ਹਾਜ਼ਰ? ਦੁੱਧ 7 ਕਿਲੋ ਆਈ ਇਹਦੇ ਹਲੇ। ਦੁੱਧ 7 ਕਿਲੋ ਆ ਤੇ ਬਿਊਟੀ ਵਾਲੇ ਪੱਖ ਤੋਂ ਸੋਹਣੀ ਆ, ਹਨਾ? ਹਾਂਜੀ, ਇਹ ਐਰ ਸ਼ਹਿਰ ਚ ਆ ਗਈ ਥੋੜੀ, ਆ ਥੋੜਾ ਕਲਰ ਇਹਦਾ ਐਰ ਸ਼ਹਿਰ ਵਾਲਾ ਆ ਗਿਆ, ਤੇ ਬੋਡੀ ਇਹਦੀ ਬਾਈ ਜਰਸੀ ਵਾਲੀ ਆ ਗਈ, ਹਨਾ? ਸੂਆ ਆ ਗਈ, ਦੂਜਾ ਆਰਡਰ ਆ ਗਿਆ ਨਾਲ ਲੱਗਵਾ, ਕਿਉਂਕਿ ਨਾਲ ਲੱਗਵਾ ਆਰਡਰ ਆ ਜਿਹੜਾ ਜ਼ਿਆਦਾਤਰ ਗਾਵਾਂ ਚ ਕਾਮਯਾਬ ਰਹਿੰਦਾ ਹੈ। ਤੇ ਇਹ ਆਰਡਰ ਦੀਆਂ ਗਾਵਾਂ ਦੁੱਧ ਵੀ ਚੰਗਾ ਪਾਉਂਦੇ ਨੇ, ਤੇ ਮਸਟੈਕਸ ਦੀ ਪ੍ਰੋਬਲਮ ਵੀ ਨਹੀਂ ਆਉਂਦੀ, ਤੇ ਸੁਭਾਅ ਦੀ ਠੰਡੀ ਸੀਲ ਆ ਗਈ ਬਿਲਕੁਲ।
ਤੇ ਸਭਾ ਦੀ ਆ ਬੈਡ ਵੀ ਠੰਡੀ ਸੀਲ ਹੈ, ਸਭਾ ਦੀਆਂ ਸਾਰੀਆਂ ਠੰਡੀਆਂ ਸੀਲ ਨੇ। ਇਹਦੇ ਕੋਲ ਕਿੰਨਾ ਦੁੱਧ ਹੁਣ? 7 ਕਿਲੋ ਬਾਈ, 7 ਕਿਲੋ। ਹਾਂਜੀ, ਇਹਦਾ ਰੇਟ ਕੀ ਰਹੂਗਾ ਬਾਈ? ਇਹਦਾ 17,000 ਦੀ ਦੇ ਦਾਂਗੇ, 17 ਦੀ, 17 ਦੀ ਦੇ ਦਾਂਗੇ ਲਾਸਟ ਵੀ। ਤੇ ਦੁੱਧ ਇਹਦਾ ਮੱਝਾਂ ਵਰਗੀ ਹੈ ਨਾ? ਹਾਂ, ਦੁੱਧ ਵਧੀਆ ਬਾਈ, ਘਰੇ ਦੁੱਧ ਵਰਤਣ ਸੱਜਣੋਂ ਵਾਲਾ। ਮੱਝਾਂ ਵਰਗਾ ਹੀ ਹੋਊਗਾ ਤੇ ਬਾਈ ਕਹਿੰਦਾ ਸਿਰਫ 17,000 ਦੀ ਦੇ ਦਾਂਗੇ। ਅੱਗੇ ਗੱਬਣਾ ਕੋਈ ਸੱਜਣ ਕਰਾ ਲੂਗਾ ਤਾਂ ਉਹਨੂੰ ਨਫਾ ਹੀ ਦੇ ਕੇ ਜਾਊ, ਟੋਟਾ ਕਰਕੇ ਨਹੀਂ ਜਾਂਦੀ। ਹਾਂਜੀ ਹਾਂਜੀ। ਤੇ ਹੁਣ ਆ ਜਾ ਕਰੀ 3 ਨੰਬਰ ਵਾਲੀ ਤੇ ਰੰਗਬਾਜ, ਇਹ ਵੀ ਬਹੁਤ ਸ਼ਾਨਦਾਰ ਆ ਗਈ। ਆ ਗਈ ਇਹ ਵੀ ਪਿਓਰ ਜਰਸੀ ਚ, ਝੋਲ ਝੂਲ ਦਿਖਾ ਦੇ, ਖਾਸ ਹੀ ਰੱਖਦੀ ਆ ਥੱਲੋਂ। ਖਾਣਾ ਆ ਗਿਆ ਇਹਨੂੰ, ਮੱਝਾਂ ਵਰ ਗਈ। ਢੋਰ ਬਾਈ ਖੋਲ ਕੇ, ਇਹਦਾ ਸੂਆ ਕਿਹੜਾ ਜੀ? ਇਹ ਦੂਏ ਸੂਗੀ ਬਾਈ, ਦੂਜਾ ਸੂਆ। ਹਾਂਜੀ, ਆ ਦੂਜਾ ਸੂਆ ਸੂੰਦੀ ਆ, ਕਿੰਨੇ ਕੁ ਦਿਨ ਕੱਢਦੀ ਲੱਗੀ ਜੀ? ਇਹ ਬਾਈ ਲੈ ਜੂਗੀ 7-8 ਦਿਨ, ਹਫ਼ਤੇ ਕੁ ਡੇਢ ਗੇੜਾ ਨਾ? ਹਾਂ ਹਾਂ ਬਾਈ, ਵਧੀਆ ਤਿਆਰ ਹੋ ਜੂਗੀ, ਤਿਆਰੀ ਚੰਗੀ ਮਾਰੂਗੀ ਥੱਲੇ ਵੀ ਹੁਣ ਜਿਹੜੇ ਹਿਸਾਬ ਨਾਲ ਝੋਲਾ। ਹਾਂਜੀ ਹਾਂ, ਤੇ ਆ ਗਈ ਇਹ ਬਜੂਦ ਵਾਲੀ। ਹਾਂਜੀ, ਬਜੂਦ ਇਹਦਾ ਸੋਹਣਾ ਕੱਦ, 14-15 ਕਿਲੋ ਦੁੱਧ ਕੱਢ ਦੂ ਆਰਾਮ ਨਾਲ। ਕੱਦ ਜਿੰਨਾ ਕੁ ਜਰਸੀਆਂ ਦਾ ਹੁੰਦਾ ਤਕਰੀਬਨ, ਤਕਰੀਬਨ ਇਹਦਾ ਕੱਦ ਇਹਨਾਂ ਦਾ ਉਨਾ ਕੀ ਹੈ? ਜਾਣ ਚ ਨੈਗਟਿਵ ਆਈ ਪਸ਼ੂ ਸਾਰੀ, ਸਾਰੀਆਂ ਬਜੂਦ ਵਾਲੀਆਂ ਗਾਵਾਂ ਨੇ। ਇੱਥੋਂ ਕਰੀ ਫੇਸ ਕੁਆਲਿਟੀ ਦਿਖਾ ਦੀ ਇਹਦੀ, ਫੇਸ ਤੇ ਮਾਰਦੇ। ਆ ਗਈ ਪਿਓਰ ਜਰਸੀ ਚ, ਚੰਗਾ ਸੀਮਨ ਲਾ ਕੇ ਬੱਚੇ ਤੁਸੀਂ ਚੰਗੇ ਲੈ ਸਕਦੇ ਹੋ ਇਹਨਾਂ ਤੋਂ। ਤੇ ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਤੇ ਚਮਕ ਦਮਕ ਵੀ ਚੰਗੀ ਆ, ਤੇ ਪੇਟ ਵਾਲੀ ਵੱਛੀ ਆ ਗਈ। ਕਾਠ ਇਹਨਾਂ ਦਾ ਦਰਮਿਆਨਾ ਹੀ ਹੁੰਦਾ ਤਕਰੀਬਨ, ਐਚ ਐਫ ਦਾ ਜ਼ਿਆਦਾ ਵੱਡਾ ਹੁੰਦਾ। ਜਿਨ੍ਹਾਂ ਕੋਲ ਐਚ ਐਫ ਰੱਖੀਆਂ ਨੇ ਉਹਨਾਂ ਨੂੰ ਤਾਂ ਇਹ ਜਵਾਕ ਜਿਹੀ ਲੱਗਣਗੇ, ਐਚ ਐਫਾਂ ਦੇ ਲਵੇ ਖੜੇ। ਤੇ ਸਵਾਦ ਹੀ ਆ ਗਈ ਠੰਡੀ ਸੀਲ, ਬਣਾਊ ਚੰਗਾ ਲੈਵਲ। ਦੁੱਧ ਬਾਈ ਕਹਿੰਦਾ 14-15 ਲੀਟਰ ਗੇੜ ਪਾ ਦੂਗੀ ਇਹ। ਬਾਕੀ ਬਾਈ ਹੋਰੀ ਵੀ ਉਹੀ ਡਿਟੇਲ ਦੱਸਦੇ ਨੇ ਜਿਹੜੀ ਅੱਗੇ ਉਹਨਾਂ ਨੂੰ ਦੱਸ ਕੇ ਭੇਜਦੇ ਨੇ। ਬਾਕੀ ਹੈ ਨਾ, ਜਿਹੜੇ ਭਰਾ ਨੇ ਲੈਣੀ ਹੁੰਦੀ ਆ ਬਾਈ, ਉਹਨੇ ਆਪਣੀ ਸਮਝ ਤੋਂ ਵੀ ਕੰਮ ਲੈਣਾ ਹੁੰਦਾ ਵੀ ਆਪਣੇ 15 ਪਾ ਦੂ, 16 ਪਾ ਦੂ ਜਾਂ 12 ਪਾ ਦੂ। ਹਾਂਜੀ ਹਾਂਜੀ, ਇਹਨਾਂ ਦਾ ਕੀ ਰੇਟ ਰਹੂਗਾ? ਇਹਦਾ 40,000 ਬਾਈ, 40,000। ਜੇ ਕਿਸੇ ਨੇ ਜੋੜਾ ਜਾਂ ਇਕੱਠੀਆਂ ਲੈਣੀਆਂ ਉਹ ਕਰ ਦਾਂਗੇ ਮਾਰ ਤਾਂ ਨਾ ਹੋ ਜੂ ਮਾਰ। ਹਾਂ ਹਾਂ ਬਾਈ, ਕਰ ਦਾਂਗੇ। ਇਹਦਾ ਰੇਟ ਹੈਗਾ 40,000। ਤੇ ਹੁਣ ਮਾਰਦੇ ਕਰੀ ਅਗਲੇ ਨੰਬਰ ਵਾਲੀ ਤੇ ਕੈਮਰਾ ਧੋਰ ਦੂ ਹੋ ਕੇ। ਥਣ ਦਾ ਸਹਿਜ ਇਹ ਵੀ ਸੋਹਣਾ ਰੱਖਦੇ, ਇੱਥੇ ਚੈੱਕ ਕਰਾ ਦੇ ਇੱਕ ਵਾਰੀ। ਸਹਿਜ ਬਹੁਤ ਸ਼ਾਨਦਾਰ ਰੱਖਦੇ, ਜਿਵੇਂ ਪਹਿਲਾਂ ਝੋਟੀਆਂ ਨੂੰ ਲੱਗਿਆ ਹੁੰਦਾ ਨਾ ਉਦਾਂ ਦਾ ਰੱਖਦੇ ਆ। ਸਵਾਦ ਹੀ ਆ ਗਈ ਠੰਡੀ ਸੀਲ, ਇੱਥੋਂ ਦਿਖਾ ਦੇ। ਚਾਰੇ ਥਣਾਂ ਲੱਗੇ ਨੇ ਇਕੱਲੇ ਇਕੱਲੇ ਪੂਰੇ ਗੈਪ ਤੇ। ਢੋਰ ਤੋਂ ਜੀ ਖੋਲ ਕੇ, ਸੂਆ ਦੂਜਾ ਬਾਈ ਕੋ ਪਹਿਲਾਂ? ਇਹ ਦੂਜੇ ਸੂ ਬਾਈ। ਆ ਸੂਆ ਬਾਈ ਕਹਿੰਦਾ ਦੂਜਾ ਸੂਣਾ ਇਹਨੇ, ਤੇ ਦਿਨ ਕਿੰਨੇ ਕਰਦੀ ਆ? ਦਿਨ ਬਾਈ ਹੁਣ ਤਾਂ ਇਹਦੇ ਪੂਰੇ ਹੀ ਨੇ, ਹਲੇ ਲੈ ਜੂਗੀ 5-7 ਦਿਨ। 5-4 ਦਿਨ ਲੈ ਜੂ ਹੈ ਨਾ? ਹਾਂ ਹਾਂ ਬਾਈ, ਹਲੇ ਢਲਾਈਆਂ ਪਈਆਂ ਨੇ ਲੇਬਰ ਦੇ। ਦਿਨ ਲੈ ਜੂ 5-4, ਪਰ ਥਣ ਦਾ ਸਹਿਜ ਬੜਾ ਕਮਾਲ ਦਾ ਰੱਖ ਰਹੀ ਹੈ। ਪਿੰਕ ਕਲਰ 'ਚ ਆ ਗਈ, ਗੁਲਾਬੀ 'ਚ ਆ ਗਈ ਜੇ ਗੱਲ ਕਰ ਲਈਏ ਥਣ ਇਹਦੇ ਚਾਰੋ। ਤੇ ਬਾਕੀ ਆ ਗਈ ਵੀ ਪਿਓਰ ਜਰਸੀ ਦੇ ਵਿੱਚ ਹੀ। ਹਾਈਟ ਇਹਦੀ ਆ ਗਈ ਜਿੱਦਾਂ ਆਪਾਂ ਕਹਿ ਲਈਏ ਵੀ ਜ਼ਿਆਦਾ ਵੱਡੀ ਨਹੀਂ ਹੈਗੀ, ਬਾਹਲੀ ਜ਼ਿਆਦਾ ਨੋਰਮਲ ਜੀ ਆ ਗਈ। ਪਰ ਆਰਡਰ ਦਾ ਜਿਹੜੀ ਸ਼ੇਪ ਹੈ, ਥਣ ਦਾ ਸ਼ੇਪ ਹੈ ਜਿਹੜੀ, ਉਹ ਬਹੁਤ ਸੋਹਣੀ ਰੱਖਦੇ ਆ। ਕਿਉਂਕਿ ਜਿਹੜੀ ਇਹ ਸ਼ੇਪ ਹੁੰਦੀ ਆ ਥਣ ਦੀ, ਉਹਦਾ ਮੂੰਹ ਛੇਤੀ ਬੰਦ ਹੋ ਜਾਂਦਾ, ਉਹਨੂੰ ਮਸਟੈਟਸ ਦੀ ਪ੍ਰੋਬਲਮ ਘੱਟ ਆਉਂਦੀ ਆ। ਤੇ ਬਾਕੀ ਚੂੰਦਾ ਜਾਂਦਾ ਨਹੀਂ ਕੁਛ ਵੀ ਥਣ ਦਾ, ਲੇਵਾ ਵੀ ਸਾਫ਼ ਆ ਬਾਈ। ਹਾਂ, ਚਬਾਈ ਦੀ ਨਿਕਲੂਗੀ ਖਰੀ ਜਮਾ, ਜਿਹੜੇ ਹਿਸਾਬ ਨਾਲ ਇਹਨੂੰ ਥਣ ਲੱਗਿਆ। ਹਾਂਜੀ, ਇੱਥੋਂ ਇੱਥੋਂ ਦਿਖਾ ਦੇਣਗੇ ਗਹਿਰੀ, ਸੋਹਣਾ ਬਣਾਊਗੀ। ਗਾਂ ਵਾਲੇ ਬੰਨੇ ਵੀ ਸੋਹਣਾ ਬਣਾਊ, ਆਰਡਰ ਤੇ ਪਛਾਣ ਵਾਲੇ ਪੱਖ ਤੋਂ ਵੀ। ਇੱਥੋਂ ਦਿਖਾ ਦੇ ਥਣ ਦਾ ਸਾਈਜ਼, ਐਨ ਮੁੱਠੀ ਵਾਲਾ ਥਣ ਰੱਖੂਗੀ ਪੂਰਾ, ਐਨ ਹਰੇਕ ਸੱਜਣ ਦੀ ਚਵਾਈ ਵਾਲਾ। ਇਹਦਾ ਅਲੱਗ ਰੇਟ ਕਿਉਂ? 38 ਦੀ ਦੇ ਦਾਂਗੇ ਵੀਰੇ, ਇਹ ਦੇ ਦਾਂਗੇ 38 ਦੀ, ਤੇ ਬਾਕੀ ਜੋੜਿਆਂ 'ਚ ਕਰ ਲਾਂਗੇ। ਹਾਂ, ਉਹ ਕਰ ਦਾਂਗੇ ਬਾਈ, ਕੋਈ ਗੱਲ। ਆਹ ਖੇਡ ਜੀ ਦਿਖਾ ਗਈ ਜੀ, ਇਹਦਾ ਖੇਡ ਜੀ ਆ, ਨਿੱਕੀ ਜੀ ਆ ਨਾ, ਆ ਗਈ ਛੋਟੀ ਜੀ। ਪੱਠੇ ਦਾ ਇਹ ਮੇਰਾ ਖਿਆਲ ਇੱਕ ਟੋਕਰ ਨਾ ਦੋਏ ਟਾਈਮ ਅੱਜ ਸਵਾਰਨੇ ਕਰੂਗੀ। ਤੇ ਬਾਕੀ ਦੁੱਧ ਪਿਆ ਦੂਗੀ, ਜੇ ਕਿਸੇ ਨੇ ਸ਼ਹਿਰ 'ਚ ਰੱਖਣੀ ਆ ਨਾ, ਚਾਹੇ ਇਹਨੂੰ ਫਲੈਟ 'ਚ ਵੀ ਚੜਾ ਲੇ ਤਾਂ ਉੱਪਰ ਵੀ ਵਗ ਜੂ ਪੌੜੀ ਚੜ ਕੇ। ਇਹਦਾ ਸੂਆ ਕਿਹੜਾ ਬਾਈ? ਇਹ ਦੂਏ ਸੂ ਬਾਈ। ਕਿੰਨੇ ਕੁ ਦਿਨ? ਇਹ ਬਾਈ 7.5 ਮਹੀਨੇ ਦੇ ਗੱਭਣਾ ਹੈ। 7.5 ਸੱਤਾਂ ਦੀ? ਹਾਂਜੀ ਹਾਂਜੀ। ਇਹ 7.5 ਸੱਤਾਂ ਨੇ ਮੇਰਾ ਖਿਆਲ, ਇਹਦਾ 1.5 ਮਹੀਨਾ ਰਹਿ ਗਿਆ। ਹਾਂ ਬਾਈ, 1.5 ਮਹੀਨਾ ਇਹਦਾ, 1.5 ਕੁ ਮਹੀਨਾ ਪੈਂਡਿੰਗ ਹੈ। ਤੇ ਇਧਰਲੇ ਮੌਸਮ 'ਚ ਇਹ ਤਕਰੀਬਨ ਢਲ ਚੁੱਕੀ ਆ। ਹਾਂ ਬਾਈ, ਬਾਈ ਨੇ ਇਹ ਕਈ ਮਹੀਨੇ ਚੋਲ ਹੀ ਲਿਆ। ਹਾਂਜੀ ਹਾਂਜੀ, ਪਤੋਕੜ ਗੱਭਣ ਲਿਆਂਦੀ।
ਟੋਕਣ ਕੱਪਣ ਬਾਈ ਹੋਰੀ ਲੈ ਕੇ ਆਏ ਤੇ ਉਰੇ ਇਹ ਚੋਈ ਹੋਈ ਆ। ਹਾਈਟ ਇਹਦੀ ਲਾਣੇਦਾਰ ਦੀ ਹਾਈਟ ਤੋਂ ਆਈਡੀਆ ਲਾ ਲਿਓ, ਹਾਈਟ ਤਾਂ ਆ ਗਈ ਛੋਟੀ ਏ, ਆਪਾਂ ਕਹਿ ਲਈਏ ਹੈ ਨਾ ਛੋਟੀ ਜੀ ਆ, ਜੱਫੇ ਚੋਣ ਵਾਲੀ ਹੈ। ਪਰ ਦੁੱਧ ਕਿੰਨਾ ਕੁ ਪਾਇਆ ਬਾਈ ਇਹਨੇ? ਦੁੱਧ ਬਈ ਇਹ ਟੋਕੜ ਗੱਭਣ 7 ਕਿਲੋ ਦੇ ਗਈ ਆ। ਠੀਕ ਹੈ ਗੱਲ, ਹਾਂ 4 ਕੁ ਮਹੀਨਿਆਂ ਦੀ ਗੱਭਣ ਲਿਆਂਦੀ ਸੀ, ਠੀਕ। ਯਾਨੀ ਦਸ ਨੌ ਦਸ ਬਾਰਾਂ ਕਿਲੋ ਕਿਲੋ ਦਈ ਦੁੱਧ, ਜਾਊਗੀ ਆ 9-10 ਕਿਲੋ ਉੱਥੇ। ਦੁੱਧ ਜੇ ਇਹ ਪਾਉਂਦੀ ਆ, ਖਾਊਗੀ ਬਹੁਤ ਥੋੜਾ, ਤੇ ਐ ਮੰਨ ਲਓ ਵੀ ਦਾਣੇ ਦਾਣੇ ਨਾਲ ਹੀ ਰੱਜਣ ਵਾਲੀ ਆ ਯਾਰ, ਥੋੜਾ ਵਾਲੀ ਖਾਊਗੀ। ਹਾਂਜੀ ਹਾਂਜੀ, ਇਹਦਾ ਰੇਟ ਲਾਡੀ ਇਹ 22,000 ਦੀ ਹੁਣ ਦੇ ਦਾਂਗੇ ਬਾਈ। ਇਹ ਬਾਈ ਕਹਿੰਦਾ ਦੇ ਦਾਂਗੇ 22 ਦੀ, ਤੇ ਖਾਂਦੀ ਪੀਂਦੀ ਵੀ ਗੈਰੀ ਕਰਾ ਦੇ ਚੈੱਕ। ਇੱਕ ਵਾਰੀ ਉਧਰਲੇ ਬੰਨੇ ਵੀ ਮਾਰਦੀ ਖੁਰਲੀ ਚਾਰੂਆ ਕੈਮਰਾ, ਪੂਰੀ ਬੈੜਾ ਹੋ ਵੀ ਦਿਖਾ ਆ ਦੇ। ਬੱਚੀ ਆਓ ਪਹਿਲਣ ਚੋਟੀ ਲਾਓ ਸੀਗੀ, ਆਪਣਾ ਇਹ ਇਹ ਬੈਗੀ ਸੇਲ ਵੀਰੇ, ਚਾਚੀ ਇਹ ਬਾਈ ਸੇਲ ਦੀ। ਹੋ ਗਈ, ਇੱਧਰ ਮਰੇਕੋਟਲੇ ਕੰਨੀ ਗਈ ਆ ਬਾਈ। ਜੇ ਕੱਚੀ ਪੱਕੀ ਗੱਲ ਆ ਤਾਂ ਇਹਦੀ ਵੀ 10 ਨਹੀਂ ਲੱਗ ਨਹੀਂ ਜਾਂਦੀ ਬਾਈ, ਹੈ। ਇਹਦੀ ਪੱਕਾ ਕੰਮ ਆ, 5,000 ਸਾਈ ਆਈ ਆਈ ਹੋਈ ਆ, ਇਹ ਪਾਸ ਬਾਈ ਨੇ ਕਰਕੇ ਸੇਲ ਗਏ ਨੇ। ਕਰਤੀ ਤੇ ਖੁਰਲੀ ਚ ਇੱਕ ਬੰਨੇ ਖੜ ਕੇ ਦਿਖਾ ਦੇ, ਕਹੇ ਜੀ ਸਾਰੀਆਂ ਬੜਾਂ ਖਾ ਰਹੀਆਂ ਨੇ, ਕਈ ਭਰਾ ਕਹਿੰਦੇ ਨੇ ਵੀ ਮੇਰੇ ਕੋਲ ਆ ਕੇ ਖਾਂਦੀ ਨਹੀਂ ਹੈ ਹਾਂ ਨਾ। ਸਹੀ ਗੱਲ ਆ ਬਾਈ, ਆ ਉਹ ਵੀ ਕਰਦੇ ਧੜਕੂ ਦੂਰ ਸਾਰੇ ਸੱਜਣਾਂ ਦਾ, ਤਕਰੀਬਨ ਸਾਰੇ ਪਸ਼ੂ ਖਾ ਪੀ ਰਹੇ ਨੇ। ਹਾਂਜੀ, ਕਈ ਵਾਰੀ 19 ਉਦਾਂ ਜੀ ਨਹੀਂ ਲਾਉਂਦਾ ਜਾਂ ਉਹ ਸਮੱਸਿਆ ਹੋ ਜਾਂਦੀ ਹੁੰਦੀ ਆ ਵੀ ਉਦਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਜਾਣੇ ਹਾਂਜੀ ਬੱਚੇ। ਹਾਂਜੀ, ਨੰਬਰ ਬੋਲ ਦੇ ਲਾਡੀ ਕਿਹੜਾ? ਨੰਬਰ 98552 98122। 98-552 ਤੇ 98-122 ਬਾਈ ਹੋਰਾਂ ਦਾ ਨੰਬਰ ਹੈ, ਸਕਰੀਨ ਤੇ ਲਾ ਦੂੰਗਾ। ਤੇ ਭਾਅ ਵੀ ਬਿਲਕੁਲ ਲੋਟ ਨੇ ਤੇ ਪਸ਼ੂ ਵੀ ਚੰਗੇ ਨੇ, ਰੂਟੀਨ ਚ ਵਪਾਰ ਦਾ ਕੰਮ ਹੈ, ਰੂਟੀਨ ਚ ਤੁਸੀਂ ਬਾਈ ਕੋਲੋਂ ਪਸ਼ੂ ਖਰੀਦ ਸਕਦੇ ਹੋ। ਧੰਨਵਾਦ।